ਕੋਸ਼ਿਸ਼ ਕਰਦਾ ਹਾਂ ਕਿ ਆਪਣੀ ਪੇਂਟਿੰਗ ਦੇ ਜ਼ਰੀਏ ਮੈਂ ਬਾਈ ਨੂੰ ਜ਼ਿੰਦਾ ਰੱਖ ਸਕਾਂ ਹਾਂ। ਹਾਂਜੀ ਮੈਂ ਪਹਿਲਾਂ ਵੀ ਮਤਲਬ ਬਾਈ ਦੇ ਜਾਣ ਤੋਂ ਪਹਿਲਾਂ ਕੋਈ 7-8 ਪਿੰਡੀਆਂ ਪਹਿਲਾਂ ਬਣਾਈਆਂ ਸੀ ਤੇ ਹੁਣ ਮੈਂ ਸਿਰਫ ਸਿੱਧੂ ਬਾਈ ਦੀ ਪੇਂਟਿੰਗ ਬਣਾਉਂਦਾ ਹੋਰ ਕਿਸੇ ਦੀਆਂ ਨਹੀਂ ਬਣਾਉਂਦਾ ਜੀ। ਬਾਈ ਦੇ ਫੈਨ ਵੀ ਜੀ ਸਾਰੇ ਬਾਈ ਵਰਗੇ ਹੀ ਆ ਬਹੁਤ ਕੈਂਟ ਬੰਦੇ ਹੁੰਦੇ ਜੀ ਦਿਲ ਦੇ ਦਿਲਦਾਰ ਬੰਦੇ ਜਿੱਦਾਂ ਬਾਈ ਹੀ ਵਧੀਆ ਬੰਦੇ ਹੀ ਦਿਲਦਾਰ ਬੰਦੇ ਹੀ ਵਧੀਆ ਨੇਚਰ ਲੈ ਕੇ ਚੱਲਦੇ ਹੀ। ਪਰ ਇਸ ਟਾਈਮ ਆ ਮੈਂ ਸਿਰਫ ਬਾਈ ਸਿੱਧੂ ਦੀ ਬਣਾਉਂਦਾ ਆ ਹੋਰ ਕੋਈ ਨਹੀਂ ਬਣਾਉਂਦਾ ਜੀ ਜੇ ਮਤਲਬ ਕਿ ਜੇ ਕੋਈ ਹੋਰ ਆ ਵੀ ਜਾਏ ਉਹਨਾਂ ਨੂੰ ਜਾਂ ਟਾਈਮ ਦੇ ਦਿੰਨੇ ਆ ਤੇ ਜਾਂ ਫਿਰ ਮਤਲਬ ਕੋ ਉਹ ਕੰਮ ਕੀ ਹੋਰ ਆਰਟਿਸਟ ਵੀ ਦੇ ਦਿੰਨੇ ਆ ਪਰ ਆਪਾਂ ਸਿਰਫ ਜਿਹੜਾ ਸਿੱਧੂ ਬਾਈ ਦਾ ਹੀ ਕੰਮ ਕਰਦੇ ਆ ਯਕੀਨ ਯਾਨੀ ਯਕੀਨ ਤੇ ਮੈਨੂੰ ਅੱਜ ਵੀ ਨਹੀਂ ਆਉਂਦਾ ਬਾਈ ਕਿ ਤਾਣਾ ਵੀ ਮੈਨੂੰ ਇਦਾਂ ਲੱਗਦਾ ਕਿ ਅੱਜ ਵੀ ਇਦਾਂ ਉਹਦੇ ਗਾਣੇ ਆਉਂਦੇ ਆ ਤੇ ਅੱਜ ਵੀ ਬਾਈ ਕਿਤੇ ਨਾ ਕਿਤੇ ਕੰਮ ਕਰਦਾ ਇਦਾਂ ਮੈਨੂੰ ਲੱਗਦਾ ਯਕੀਨ ਤੇ ਅੱਜ ਵੀ ਨਹੀਂ ਆਉਂਦਾ ਜੀ ਪਰ ਬਹੁਤ ਮਾੜਾ ਹੋਇਆ ਜੋ ਵੀ ਆ ਜੀ ਬਹੁਤ ਮਾੜਾ ਹੋਇਆ ਤੇ ਇਹ ਮੇ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਗੁਰਦਾਸਪੁਰ ਤੋਂ ਰਿਸ਼ ਕੱਕੜ ਸਿੱਧੂ ਮੂਸੇਵਾਲੇ ਦੇ ਇੱਕ ਜਿਹੜੇ ਅੱਜ ਫੈਨਾਂ ਨਾਲ ਮਿਲਣ ਜਾ ਰਹੇ ਆ ਜਿਸ ਨੇ ਕੀ ਸਿੱਧੂ ਦੀ ਮੌਤ ਤੋਂ ਬਾਅਦ ਇਹ ਪ੍ਰਣ ਕਰ ਲਿਆ ਕਿ ਉਸ ਨੂੰ ਸ਼ਰਧਾਂਜਲੀ ਦੇਣ ਦੇ ਲਈ ਉਹ ਪੇਂਟਿੰਗਾਂ ਬਣਾਏਗਾ ਜਿਹੜੀਆਂ ਇਸ ਸਮੇਂ ਉਹ ਪੇਂਟਿੰਗਾਂ ਵੱਖ-ਵੱਖ ਜਗ੍ਹਾਵਾਂ ਤੇ ਜੋ ਆ ਜਾ ਕੇ ਉਹ ਬਣਾ ਰਿਹਾ ਜਿਹੜੇ ਸਿੱਧੂ ਦੇ ਫੈਨਸ ਨੇ ਉਹਨਾਂ ਨੂੰ ਜੋ ਆ ਉਹ ਪੇਂਟਿਕਾ ਬਣਾ ਕੇ ਦੇ ਰਿਹਾ ਜਿਸ ਨਾਲ ਉਹਦਾ ਮੰਨਣਾ ਹੈ ਕਿ ਮੈਂ ਸਿੱਧੂ ਨੂੰ ਜੋ ਇੱਕ ਸੱਚੀ ਸ਼ਰਧਾਂਜਲੀ ਦੇ ਸਕਾਂ ਇਸ ਸਮੇਂ ਸਾਡੇ ਨਾਲ ਮੌਜੂਦ ਵੀ ਹੈਗੇ ਨੇ ਆ ਰਾਜਾ ਜੀ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਰਾਜਾ ਜੀ ਸਿੱਧੂ ਦੀਆਂ ਪੇਂਟਿੰਗਾਂ ਬਣਾ ਰਹੇ ਹੋ ਕਿਵੇਂ ਮਨ ਵਿੱਚ ਆਇਆ ਕਿ ਸਿੱਧੂ ਨੂੰ ਇਸ ਇੱਕ ਨਵੇਂ ਤਰੀਕੇ ਨਾਲ ਜਿਹੜੀਆਂ ਸ਼ਦਾਹਾਂ ਲਈ ਦੇਣੀ ਆ ਮੈਂ ਰੀ ਫੈਨ ਸੀ ਸ਼ੁਰੂ ਤੋਂ ਹੀ ਸਿੱਧੂ ਮੂਸੇਵਾਲੇ ਬਾਈ ਦਾ ਸ਼ੁਰੂ ਤੋਂ ਮੈਂ ਫੈਨ ਸੀ ਤੇ ਆਪਣੇ ਕੋ ਉ ਚਲੋ ਪੇਂਟਿੰਗ ਦਾ ਹੁਨਰ ਹੈਗਾ ਸੀ ਤੇ ਅੱਜ ਤੱਕ ਜਿੰਨੇ ਵੀ ਮਤਲਬ ਲੋਕੀ ਜਿਹੜੇ ਪੇਂਟਿੰਗਾਂ ਬਣਾਦੇ ਬਾਈ ਦੇ ਫੈਨ ਜਿਹੜੇ ਤੇ ਮੈਂ ਕੋਸ਼ਿਸ਼ ਕਰਦਾ ਆ ਕਿ ਆਪਣੀ ਪੇਂਟਿੰਗ ਦੇ ਜ਼ਰੀਏ ਮੈਂ ਭਾਈ ਨੂੰ ਜ਼ਿੰਦਾ ਰੱਖ ਸਕਾਂ ਸਿੱਧੂ ਦੇ ਤੁਸੀਂ ਫੈਨ ਹੋ ਪਹਿਲਾਂ ਵੀ ਸਿੱਧੂ ਦੀਆਂ ਪੇਂਟਿੰਗਾਂ ਬਣਾਉਂਦੇ ਰਹੇ ਹੋ ਜਾਂ ਫਿਰ ਜਿਵੇਂ ਉਹਨਾਂ ਦੀ ਮੌਤ ਹੋ ਜਾਂਦੀ ਉਸ ਤੋਂ ਬਾਅਦ ਅਚਾਨਕ ਤੁਹਾਡੇ ਮਨ ਵਿੱਚ ਆਇਆ ਕਿ ਨਹੀਂ ਮੈਂ ਸਿੱਧੂ ਦੀਆਂ ਪੇਂਟਿੰਗਾਂ ਬਣਾਵਾ ਸ਼ੁਰੂ ਤੋਂ ਬਣਾਉਂਦੇ ਰਹੇ ਪੇਂਟਿੰਗਾਂ ਦੀ ਹਾਂਜੀ ਮੈਂ ਪਹਿਲਾਂ ਵੀ ਮਤਲਬ ਬਾਈ ਦੇ ਜਾਣ ਤੋਂ ਪਹਿਲਾਂ ਕੋਈ 7-8 ਪੇਂਟਿੰਗਾਂ ਪਹਿਲਾਂ ਬਣਾਈਆਂ ਸੀ ਤੇ ਹੁਣ ਮੈਂ ਸਿਰਫ ਸਿੱਧੂ ਭਾਈ ਦੀਆਂ ਪੇਂਟਿੰਗਾਂ ਬਣਾਉਂਦਾ ਹੋਰ ਕਿਸੇ ਦੀਆਂ ਨਹੀਂ ਬਣਾਉਂਦਾ ਜੀ ਤੇ ਆਪਣਾ ਜਨੂਅਲ ਜਾਈ ਰੇਟ ਆ ਬਹੁਤ ਜ਼ਿਆਦਾ ਰੇਟ ਨਹੀਂ ਮੈਂ ਜਿੰਨਾ ਕਰੇ ਬਲਕਿ ਆਪਣੇ ਘਰ ਦਾ ਖਰਚਾ ਹੀ ਵਧੀਆ ਚੱਲ ਜਾਏ ਤੇ ਭਾਈ ਨੂੰ ਸ਼ਰਧਾਂਜਲੀ ਵੀ ਦੇ ਸਿੱਧੂ ਨਾਲ ਜਿਵੇਂ ਤੁਹਾਨੂੰ ਦੱਸਿਆ ਗਿਆ ਸਿੱਧੂ ਦੇ ਫੈਨ ਹੋ ਪਹਿਲਾਂ ਮੁਲਾਕਾਤ ਕਰਨ ਲਈ ਕੋਈ ਮਨ ਵਿੱਚ ਹੈ ਕਿ ਪਹਿਲੇ ਮੁਲਾਕਾਤ ਕੀਤੀ ਜਾਏ ਸਿੱਧੂ ਨਾਲ ਜਨਨ ਨੂੰ ਦੱਸਿਆ ਜਾਏ ਕਿ ਮੈਂ ਤੁਹਾਡਾ ਫੈਨ ਹਾਂ ਜਾਂ ਪੇਂਟਿੰਗਾਂ ਮੈਂ ਬਣਾ ਰਿਹਾ ਤੁਹਾਡੀਆਂ ਹਾਂਜੀ ਹਾਂਜੀ ਬਹੁਤ ਵਰੀ ਇੱਛਾ ਹੋਈ ਹੈ ਜਾਣਦੇ ਇੱਥੇ ਤੇ ਮਿਲ ਕਾਫੀ ਵਰੀ ਸੋਚਦੇ ਸੀ ਕਿ ਜਾਈਏ ਉੱਥੇ ਫਿਰ ਸਾਡੇ ਕੋਲ ਜਾਣ ਹੀ ਜਾਂਦਾ ਰਿਹਾ ਕਿਤੇ ਕੋਈ ਕੰਮ ਪੈ ਜਾਂਦਾ ਰਿਹਾ ਜਿੱਦਾਂ ਹਨਾ ਕੋਈ ਵੀ ਤੇ ਹੁਣ ਆਪਣੀ ਇੱਛਾ ਜਿਹੜੀ ਅਧੂਰੀ ਜੀ ਰਹੀ ਮੈਂ ਇੱਕ ਦਿਨ ਪਿੱਛੇ ਜੀ ਵੀ ਪੜਾਈ ਸੀ ਪ੍ਰੋਗਰਾਮ ਬਣਾਇਆ ਸੀ ਇਹਨਾਂ ਦੇ ਬਾਈ ਦੇ ਜਾਣ ਤੋਂ ਪਹਿਲਾਂ ਕੀ ਇੱਕ ਪੇਂਟਿੰਗ ਹੀ ਉਹਨਾਂ ਨੂੰ ਗਿਫਟ ਕਰਕੇ ਆਵਾਂਗੇ ਚਲੋ ਨਾਲ ਆਪਾਂ ਮਿਲਾਵਾਂਗੇ ਬਾਈ ਨੂੰ ਹਨਾ ਤੇ ਪੇਂਟਿੰਗ ਦੇ ਜਰੀਏ ਅਸੀਂ ਮਲਕ ਜਲਦੀ ਹੀ ਮਿਲ ਲਾਂਗੇ ਬਾਈ ਨੂੰ ਪਰ ਉਹ ਜਾਇਆ ਹੀ ਨਹੀਂ ਗਿਆ ਤੇ ਹੁਣ ਆਪਣੀ ਫੇਰ ਇੱਛਾ ਹੈਗੀ ਹੈ ਜਾਂਦੇ ਉੱਥੇ ਨਾਲੇ ਫਾਦਰ ਸਾਹਿਬ ਨੂੰ ਮਿਲ ਕੇ ਆਵਾਂਗੇ ਮਾਤਾ ਜੀ ਨੂੰ ਮਿਲ ਕੇ ਆਵਾਂਗੇ ਤੇ ਉਹਨਾਂ ਦੀ ਇੱਛਾ ਮੁਤਾਬਿਕ ਇੱਕ ਉੱਥੇ ਵੀ ਪੇਂਟਿੰਗ ਬਣਾ ਕੇ ਆਣੀ ਹੈ ਉਹ ਵੀ ਆਪਣੀ ਸਰਦਾਂਝਲੀ ਹੋਏਗੀ ਉਹ ਫ੍ਰੀ ਬਣਾਵਾਂਗੇ ਜੀ ਉਹਦਾ ਕੋਈ ਪੈਸਾ ਨਹੀਂ ਲੈਣਾ ਜੀ ਸਿੱਧੂ ਨੂੰ ਇੱਕ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਉਹਨਾਂ ਦੇ ਪਿੰਡ ਜਾ ਕੇ ਹਨਾ ਉਹਨਾਂ ਦੇ ਘਰ ਜਾ ਕੇ ਤੁਸੀਂ ਪੇਂਟਿੰਗ ਬਣਾਉਣਾ ਚਾਹੁੰਦੇ ਹੋ ਬੜੀ ਵਧੀਆ ਗੱਲ ਆ ਕਿਵੇਂ ਦਾ ਮਹਿਸੂਸ ਹੁੰਦਾ ਵਾ ਜਦੋਂ ਤੁਸੀਂ ਸਿੱਧੂ ਦੇ ਫੈਨਸ ਜਿਵੇਂ ਤੁਸੀਂ ਦੱਸਿਆ ਮੈਂ ਪੇਂਟਿੰਗ ਬਣਾਣ ਜਾਣਾ ਵਾ ਕਿਵੇਂ ਦਾ ਮਹਿਸੂਸ ਹੁੰਦਾ ਉੱਥੇ ਜਾ ਕੇ ਜਦੋਂ ਪੇਂਟਿੰਗ ਬਣਾ ਕੇ ਇੱਕ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਆਪਣੇ ਵੱਲੋਂ ਵੀ ਜਾਂ ਫਿਰ ਉਹ ਫੈਨ ਦਾ ਕੀ ਰਿਐਕਟ ਹੁੰਦਾ ਵਾ ਤਾਂ ਵੇਖ ਕੇ ਬਾਈ ਦੇ ਫੈਨ ਵੀ ਜੀ ਸਾਰੇ ਬਾਈ ਵਰਗੇ ਹੀ ਆ ਬਹੁਤ ਘੈਂਟ ਬੰਦੇ ਹੁੰਦੇ ਆ ਜੀ ਦਿਲ ਦੇ ਦਿਲਦਾਰ ਬੰਦੇ ਜਿੱਦਾਂ ਬਾਈ ਹੀ ਵਧੀਆ ਬੰਦੇ ਹੀ ਦਿਲਦਾਰ ਬੰਦੇ ਹੀ ਵਧੀਆ ਨੇਚਰ ਲੈ ਕੇ ਚੱਲਦੇ ਹੀ ਉਸ ਤਰ੍ਹਾਂ ਦੇ ਹੀ ਬਾਈ ਦੇ ਫੈਨ ਆ ਜਿਹੜੇ ਸਾਰੇ ਬੰਦੇ ਘੈਂਟ ਮਿਲਦੇ ਆ ਅੱਗੇ ਉਹ ਵਧੀਆ ਮਤਲਬ ਕਿ ਰਿਸਪੌਂਸ ਦਿੰਦੇ ਆ ਵਧੀਆ ਸੇਵਾ ਪਾਣੀ ਰੋਟੀ ਪਾਣੀ ਰਹਿਣ ਦਾ ਵੀ ਵਧੀਆ ਜਿਗਾਰਡ ਕਰ ਦਿੰਦੇ ਆ ਤੇ ਮੇਰੇ ਵੱਲੋਂ ਵਧੀਆ ਸਾਰੇ ਜੀ ਧੰਨਵਾਦ ਸਾਰਿਆਂ ਨੂੰ ਜਿਹੜੇ ਬੰਦੇ ਆਪ ਨੂੰ ਪੇਂਟਿੰਗ ਵਾਸਤੇ ਬੁਲਾਉਂਦੇ ਆ ਜੀ ਜੇ ਕੋਈ ਇਹ ਗੱਲ ਕੀਤੀ ਜਾਏ ਪੇਂਟਿੰਗ ਦੀ ਤਾਂ ਪੇਂਟਿੰਗ ਸਿੱਧੂ ਦੀ ਪੇਂਟਿੰਗ ਬਣਾਉਂਦੇ ਹੋ ਜਾਂ ਪੇਂਟਿੰਗਾਂ ਦੀ ਸਾਰੀਆਂ ਬਣਾ ਦਿੰਦੇ ਆ ਜਿਹੜੀ ਵੀ ਕੋਈ ਵੀ ਪੇਂਟਿੰਗ ਬਣਾਇਨੇ ਕਿਸੇ ਵੀ ਤਰ੍ਹਾਂ ਦੀ ਬਣਾ ਸਕਦੇ ਆ ਪਰ ਇਸ ਟਾਈਮ ਮੈਂ ਸਿਰਫ ਬਾਈ ਸਿੱਧੂ ਦੀ ਬਣਾਉਂਦਾ ਆ ਹੋਰ ਕੋਈ ਨਹੀਂ ਬਣਾਉਂਦਾ ਜੀ ਜੇ ਮਤਲਬ ਕਿ ਜੇ ਕੋਈ ਹੋਰ ਆ ਵੀ ਜਾਏ ਉਹਨਾਂ ਨੂੰ ਜਾਂ ਟਾਈਮ ਦੇ ਦਿੰਨੇ ਆ ਤੇ ਜਾਂ ਫਿਰ ਮਤਲਬ ਕੋ ਉਹ ਕੰਮ ਕੇ ਹੋਰ ਆਰਟਿਸਟ ਨੂੰ ਦੇ ਦਿੰਨੇ ਆ ਮਤਲਬ ਆਪਾਂ ਸਿਰਫ ਜਿਹੜਾ ਸਿੱਧੂ ਬਾਈ ਦਾ ਹੀ ਕੰਮ ਕਰਦੇ ਆ ਜੀ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਸਿੱਧੂ ਮੂਸੇਵਾਲੇ ਤੇ ਫੋਕਸ ਸਾਡਾ ਟਾੜਾ ਕਿ ਉਹਨਾਂ ਦੀ ਵਾਤਵਾਤ ਪੇਂਟਿਕਾ ਬਣਾਈਆਂ ਹਾਂਜੀ ਹਾਂਜੀ ਮੇਰੀ ਕੋਸ਼ਿਸ਼ ਹੈ ਕਿ ਕੋਸ਼ਿਸ਼ ਨਹੀਂ بھائی ਮੈਂ ਤਾਂ ਸੋਚਦਾ ਕਿ ਜ ਬਾਕੀ ਇਹ ਹੈ ਕਿ ਜੇ ਕੰਮ ਮਿਲਣਾ ਬਈ ਦਾ ਬੰਦ ਹੋ ਜਾਂਦਾ ਜਾਂ ਕੱਲ ਨੂੰ ਲੋਕੀ ਨਹੀਂ ਮੇਰੇ ਕੋ ਪੇਂਟਿੰਗ ਆਉਂਦੇ ਫਿਰ ਤੇ ਆਪਾਂ ਕੰਮ ਕੋਈ ਨਾ ਕੋਈ ਕਰਨਾ ਹੀ ਆ ਪਰ ਆਪਣਾ ਜਦ ਤੱਕ ਆਪਾਂ ਨੂੰ ਸਿੱਧੂ ਬਾਈ ਦੀਆਂ ਪੇਂਟਿੰਗਾਂ ਮਿਲਣਗੀਆਂ ਆਪਾਂ ਉਹੀ ਬਣਾਣੀਆਂ ਜੀ ਕਿਵੇਂ ਦਾ ਲੱਗਿਆ ਸੀ ਅਚਾਨਕ ਹੀ ਕੁਝ ਸਮੇਂ ਪਹਿਲਾਂ ਖਬਰ ਆਂਦੀ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਜਾਂਦਾ ਗੋਲੀਆਂ ਮਾਰ ਕੇ ਕਿਵੇਂ ਦਾ ਲੱਗਿਆ ਉਹਦੇ ਮਨ ਵਿੱਚ ਕੀ ਆਇਆ ਖਿਆਲ ਆਇਆ ਝਟਕਾ ਜਿਹਾ ਲੱਗਿਆ ਹੋਵੇਗਾ ਕਿਉਂਕਿ ਜਿਵੇਂ ਤੁਸੀਂ ਉਹਨਾਂ ਦੇ ਫੈਨ ਹੋ ਕੀ ਮਹਿਸੂਸ ਕੀਤਾ ਉਸ ਸਮੇਂ ਬੋ ਜੀ ਬਹੁਤ ਬੁਰਾ ਹਾਲ ਹੋਇਆਹੀਂ ਘਟੂ ਘਟ ਮੈਂ 4-5 ਦਿਨ ਤੱਕ ਤੇ ਘਰੋਂ ਨਿਕਲਿਆ ਹੀ ਨਹੀਂ ਬਾਹਰ ਖਬਰਾਂ ਹੀ ਸੁਣਦਾ ਰਹਿੰਦਾ ਸੀ ਤੇ ਇੱਕ ਸਦਮਾ ਜਿਹਾ ਇਦਾਂ ਲੱਗਿੰਦਾ ਬੰਦੇ ਨੂੰ ਜਿਦਾਂ ਮਨ ਲੱਗੇ ਕੁਝ ਸੋਚ ਸਮਝ ਤੋਂ ਬਾਹਰ ਨਿਕਲ ਜਾਂਦਾ ਸਾਰਾ ਕੁਝ ਤੇ ਇਦਾਂ ਹੀ ਮਨ ਲੱਗ ਬਹੁਤ ਸ਼ੀਦੀ ਹਾਦਸੇ ਚੀ ਮਨ ਸਾਰਾ ਦਿਨ ਟੀਵੀ ਦੇ ਰਹਿਣਾ ਨਾਲ ਯਕੀਨ ਜੈ ਨਹੀਂ ਆਂਦਾ ਰਿਹਾ ਕਿ ਇਦਾਂ ਪੂਰੀ ਇਹ ਹੋ ਗਿਆ ਕੰਮ ਯਕੀਨ ਜੈ ਨਹੀਂ ਆਂਦਾ ਯਕੀਨ ਤੇ ਮੈਨੂੰ ਅੱਜ ਵੀ ਨਹੀਂ ਆਂਦਾ ਬਈ ਕਿ ਇਦਾਂ ਨਾ ਵੀ ਮੈਨੂੰ ਇਦਾਂ ਲੱਗਦਾ ਕਿ ਅੱਜ ਵੀ ਦਾ ਉਹਦੇ ਗਾਣੇ ਆਂਦੇ ਆ ਤੇ ਅੱਜ ਵੀ ਬਾਈ ਕਿਤੇ ਨਾ ਕਿਤੇ ਕੰਮ ਕਰਦਾ ਇਦਾਂ ਕੀ ਕਹਿਣਾ ਚਾਹੋਗੇ ਕਿਸਨ ਦੇ ਦੇਣਾ ਚਾਹੋਗੇ ਬਾਕੀ ਜਿਹੜੇ ਸਿੱਧੂ ਦੇ ਫੈਨ ਨੇ ਜਾਂ ਆਮ ਪਬਲਿਕ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੇਰੇ ਵੱਲੋਂ ਜੀ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਸਿੱਧੂ ਭਾਈ ਦੇ ਫੈਨ ਆ ਉਹਨਾਂ ਨੇ ਬਹੁਤ ਵਧੀਆ ਮੈਨੂੰ ਮਿਲੇ ਮੇਰੀ ਵੀਡੀਓ ਨੂੰ ਬਹੁਤ ਵਧੀਆ ਰਿਸਪੌਂਸ ਮਿਲਦਾ ਹੈ ਤੇ ਮੈਂ ਸਾਰੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜਾ ਜਿਹੜੇ ਭਾਈ ਮੇਕੋ ਵੀਡੀਓ ਬਣਾਉਂਦੇ ਆ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਜਿੰਨੇ ਵੀ ਭਰਾ ਨੇ ਜਿਹੜੇ ਮੇਕੋ ਵੀਡੀਓ ਬਣਾਉਂਦੇ ਨੇ ਤੇ ਪੇਂਟਿੰਗ ਬਣਾਉਂਦੇ ਆ ਤੇ ਮੈਂ ਉਹਨਾਂ ਦਾ ਦਿলো ਧੰਨਵਾਦ ਕਰਦਾ ਹਾਂ ਤੇ ਬਾਕੀ ਮੈਂ ਚਾਹੁੰਦਾ ਕਿ ਮੇਰੀ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਇਸ ਵੀਡੀਓ ਨੂੰ ਤੇ ਕਿਉਂਕਿ ਮੈਂ ਫਾਦਰ ਉਹਨਾਂ ਦੇ ਫਾਦਰ ਸਾਹਿਬ ਕੋਲ ਜਾਣਾ ਚਾਹੁੰਦਾ ਹਾਂ ਮੈਂ ਚਾਹੁੰਦਾ ਕਿ ਮੇਰੀ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਮੈਸੇਜ ਚਲ ਜਾਈਏ ਕਿ ਮੈਂ ਉਹਨਾਂ ਕੋਲ ਆਣਾ ਚਾਹੁੰਦਾ ਹਾਂ ਹਨਾ ਤੇ ਤਾਂ ਕਿ ਉਹਨਾਂ ਉਹ ਮਿਲਕ ਆ ਵੀ ਮੈਨੂੰ ਰੀਪਲੇ ਕਰ ਦੇਣ ਤੇ ਇਹ ਮੇਰੀ ਇੱਛਾ ਹੈ ਜੀ ਕਿ ਮੈਂ ਉਹਨਾਂ ਦੇ ਘਰੇ ਪੇਂਟਿੰਗ ਬਣਾਉਣਾ ਚਾਹੁੰਦਾ ਜਾਂ ਉਹਨਾਂ ਦੇ ਫਾਰਮ ਹਾਊਸ 'ਚ ਤੇ ਜਾਂ ਫਿਰ ਉਹਨਾਂ ਦੇ ਘਰੇ ਜਿੱਥੇ ਉਹਨਾਂ ਦੀ ਇੱਛਾ ਹੈਗੀ ਉੱਥੇ ਬਣਾਉਂਗਾ ਜੀ ਸੋ ਬਿਲਕੁਲ ਜੀ ਇਹ ਸਿੱਧੂ ਮੂਸੇਵ ਐਨਦਰ ਸੈਕ ਇ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਦੇ ਜਾਂਦਾ ਮੇਰਾ ਇੱਕੋ ਇੱਕ ਮਕਸਦ ਹੈ ਕਿ ਉਹਨਾਂ ਦੀ ਵਾਦਵਾਦ ਜਿਹੜੀਆਂ ਪੇਂਟਿੰਗਾਂ ਉਹ ਬਣਾਈਆਂ ਜਾਣ ਤਾਂ ਜੋ ਜਿਹੜੇ ਸਿੱਧੂ ਆ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਦਿੱਤੀ ਜਾ ਸਕੇ ਕਿ ਜਿਹੜੇ ਸਿੱਧੂ ਮੁਸੇਵਾਲਾ ਵਾ ਸਾਡੇ ਜਿਹੜੇ ਦਿਲਾਂ ਵਿੱਚ ਉਹ ਅਮਰ ਹੈਗੇ ਨੇ ਇਸ ਲਈ ਜੋ ਆ ਉਹਨਾਂ ਦੀਆਂ ਜਿਹੜੀਆਂ ਪੇਂਟਿੰਗਾਂ ਬਣਾ ਰਹੇ ਨੇ ਇਹਨਾਂ ਦਾ ਸੈਕੀ ਉਹਨਾਂ ਦੇ ਜਿਹੜੇ ਫੈਨ ਆ ਉਹ ਵੀ ਸਿੱਧੂ ਨੂੰ ਗੁਦਿਲਦਾਰ ਨੇ ਬਹੁਤ ਜਿਆਦਾ ਵਧੀਆ ਇਹਨਾਂ ਨੂੰ ਲੱਗਦਾ ਵਾ ਕਿ ਸਿੱਧੂ ਨੂੰ ਸਦਾ ਅੰਗਰੇਜ਼ੀ ਦੀ ਦਵਾ ਦਿੰਦੇ ਆ ਨਾਲ ਦੀ ਨਾਲ ਇਹਨਾਂ ਨੇ ਕਿਹਾ ਕਿ ਮੇਰੀ ਇੱਕ ਇੱਛਾ ਵਾ ਕਿ ਮੈਂ ਸਿੱਧੂ ਦੇ ਘਰ ਜਾ ਕੇ ਉਹਨਾਂ ਦੇ ਫਾਰਮ ਹਾਊਸ ਜਾਂ ਫਿਰ ਉਹਨਾਂ ਦੇ ਘਰ ਜਾ ਕੇ ਇੱਕ ਪੇਂਟਿੰਗ ਬਣਾਵਾ ਜਿਸ ਨਾਲ ਸਿੱਧੂ ਨੂੰ ਇੱਕ ਸੱਚੀ ਸਰਦਾਰੀ ਦਿਖਾ ਦਿੱਤੀ ਜਾ ਸਕੇ ਸੋ ਇਸੇ ਤਰ੍ਹਾਂ ਦੀ ਔਰ ਖਬਰਾਂ ਦੇਖਣ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਨਾਲ ਕੈਮਰਾਮੈਨ ਕਮਲਜੀਤ ਸਿੰਘ ਦੇ ਨਾਲ ਗੁਰਦਾਸਪੁਰ ਤੋਂ ਰਿਸ਼ਕਾ ਕਦੇ ਵਿਸ਼ੇਸ਼ ਰਿਪੋਰਟ